ਹਾਂਜੀ, ਹੁਣ ਜਿਹੜਾ ਉਹ ਮੈਂ ਮਾਸਟਰ ਸਾਹਿਬ ਨੂੰ ਦਾਵਤ ਦੇਣਾ ਕਿ ਉਹ ਜਿਹੜਾ ਆ ਕੇ ਆਪਣੀ ਰਾਏ ਦੇਣ, ਉਸ ਤੋਂ ਬਾਅਦ ਜਿਹੜਾ ਉਹ ਕੰਮ ਕਰ ਦੇਣ। ਕੋਈ ਕਾਨੂੰਨੀ ਜੀ ਹੈ, ਸਭ ਝੂਠ ਹੈ। ਕੋਈ ਹਾਈ ਕੋਰਟ ਨਹੀਂ, ਜਿਸ ਤਰ੍ਹਾਂ ਜ਼ੋਰ ਲਈ ਮੁੜਿਆ ਕਿ ਪਹਿਲਾਂ ਅਸੀਂ ਵੀ ਲੈਂਦੇ ਨੇ ਸਾਡੇ ਕੋਲ, ਇਸਾ ਹੀ ਪਹਿਲਾਂ ਉਹਨਾਂ ਦੇ ਸਾਹਮਣੇ ਖਲੋਣਾ ਜੇ ਤੇ ਤਾਂ ਬਚਣਾ ਜੇ। ਸ਼ਾਇਰ ਕਹਿੰਦਾ ਜ਼ਿੰਦਗੀ ਇਤਨੀ ਗਨੀਮਤ ਤੋ ਨਹੀਂ ਜਿਸ ਕੇ ਲੀਏ ਇਹਦੇ ਕੰਮ ਜ਼ਰਫ ਕੀ ਹਰ ਬਾਤ ਗਵਾਰਾ ਕਰ ਬੁਝਾ ਸਕੋ ਤੋ ਦੀਆ ਬੁਝਾ ਦੋ, ਦਬਾ ਸਕੋ ਤੋ ਸਦਾ ਦਬਾ ਦੋ, ਦੀਆ ਬੁਝੇਗਾ ਤੋ ਸਹਰ ਹੋਗੀ, ਜਿਸ ਵੇਲੇ ਦੀਵਾ ਬੁਝਦਾ ਨਾ ਉਸ ਵੇਲੇ ਸੁਭਾ ਹੋ ਜਾਂਦੀ, ਤੇ ਜਿਸ ਵੇਲੇ ਬੰਦੇ ਦੀ ਸਦਾ ਦਬਦੀ ਹੈ ਅਸ਼ਰ ਹੁੰਦਾ ਹੈ। ਸਾਨੂੰ ਕੋਈ ਖੌਫ ਨਹੀਂ ਇਹਨਾਂ ਦਾ, ਅਸਾਂ ਤਲੀ ਦੇ ਧਰੀ ਹੈ, ਅਸਾਂ ਕਫਨ ਸਿਰ ਤੇ ਬੰਨਣਾ ਹੈ, ਕੋਈ ਕਾਨੂੰਨ ਨਹੀਂ ਜੇ ਮੁੜਦਾ ਹੈ। ਜਿਹੜਾ ਕਹਿੰਦੇ ਨੇ ਨਾ ਪੇ ਪਿਓ ਜੀ ਅਕਵਾਇਰ ਕਰਦੇ ਨੇ ਜ਼ਮੀਨ, ਕੋਈ ਆਇਨ ਵਿੱਚ ਵੀ ਲਿਖਿਆ ਹੈ ਕਿ ਜ਼ਮੀਨ ਤੁਸੀਂ ਅਕਵਾਇਰ ਕਰ ਸਕਦੇ ਹੋ, ਇੱਕ ਲਿਖਿਆ ਹੈ ਕਿ ਅਗਰ ਮੁਲਕ ਦਾ ਕੋਈ ਬਿਹਤਰੀਨ ਮਫਾਦ ਹੋਵੇ, ਜਿਕਣ ਜੋੜੇ ਵਾਲਿਆਂ ਨੇ ਹਵਾਈ ਅੱਡੇ ਵਾਸਤੇ ਜ਼ਮੀਨ ਦਿੱਤੀ ਹੈ ਉਹ ਮਫਾਦ ਸੀ, ਅਗਰ ਮੁਲਕ ਦਾ ਬਿਹਤਰੀਨ ਮਫਾਦ ਹੋਵੇ ਫਿਰ ਉਹ ਜ਼ਮੀਨ ਲੈ ਸਕਦੇ ਨੇ, ਨਾ ਮਫਾਦ ਹੋਵੇ ਮੁਲਕ ਦਾ ਤੇ ਉਹ ਨਹੀਂ ਲੈ ਸਕਦੇ। ਇਹ ਕੋਈ ਕਾਨੂੰਨ ਨਹੀਂ ਹੈ ਕਿ ਸ਼ਹਿਰ ਦੀਆਂ ਤਾਜਰਾਂ ਦਾ ਮਫਾਦ ਹੈ ਉਹਨਾਂ ਵਾਸਤੇ ਜਨਾਬ ਜ਼ਮੀਨ ਲਓ। ਦੂਸਰੀ ਗੱਲ ਇਹਨਾਂ ਕੀਤੀ ਹੈ ਕਿ ਚੌਧਰੀ ਸ਼ਾਫੀ ਹੁਸੈਨ ਸਾਹਿਬ ਦੇ ਸਨ ਦੇ ਵਜ਼ੀਰ, ਉਹ ਇਸ ਗੱਲੇ ਉਹਨਾਂ ਕੋਲ ਬੜੇ ਅਖਤਿਆਰ ਨੇ ਤੇ ਉਹਨਾਂ ਕੋਲ ਜਾਣਾ ਨਹੀਂ ਚਾਹੀਦਾ, ਤੇ ਉਹ ਜਿਹੜੇ ਚੌਧਰੀ ਸ਼ਾਫੀ ਹੁਸੈਨ ਸਾਹਿਬ ਨੇ ਉਹਨੇ ਸਨ ਦੇ ਵਜ਼ੀਰ, ਚੌਧਰੀ ਮੋਹਨ ਸਾਹਿਬ ਸਾਹਿਬ ਦਾ ਵਜ਼ੀਰ ਕੋਈ ਨਹੀਂ ਆਇਆ, ਉਹਨੇ ਜਿਹੜੀ ਜ਼ਮੀਨ ਉੱਥੇ ਲਈ ਉਹ ਵੀ ਐਸੇ ਮਕਸਦ ਵਾਸਤੇ ਲਈ ਹੋਈ। ਜਿਹੜਾ ਚੌਧਰੀ ਸ਼ੁਜਾਤ ਸਾਹਿਬ ਆਏ ਜਿਸ ਵੇਲੇ ਇਹਨਾਂ ਚੰਨਾਂ ਵਾਲੀ ਲਈ ਹੈ ਤੇ ਉਸ ਵੇਲੇ ਉਹ ਸਨ, ਠੀਕ ਹੈ ਜੀ, 1992-93 ਨੀ ਮੇਰਾ ਹਾਲ ਗੱਲ ਹੈ, ਮੈਂ ਉਹਦੇ ਵੀ ਸ਼ਾਮਲ ਰਿਹਾ ਜੀ। ਉੱਥੇ ਜਿਹੜਾ ਪਹਿਲਾ ਇਤਜਾਜੀ ਜਲਸਾ ਕਰਾਇਆ ਸੀ ਮੈਂ ਕਰਾਇਆ ਸੀ, ਅੱਲਾਹ ਤਾਲਾ ਬਖਸ਼ੇ ਚੌਧਰੀ ਅਜ਼ੀਮ ਨੂੰ, ਮੇਰਾ ਭਾਈ ਸੀ ਤੇ ਬੜਾ ਅੱਛਾ ਆਦਮੀ ਸੀ, ਉਸ ਵੇਲੇ ਮੈਂ ਸੈਕਟਰੀ ਨਸ਼ਰੋ ਸਾਥ ਸੀ ਆਪਣੇ ਗੁਜਰ ਯੂਥ ਫੋਰਮ ਦਾ, ਅਸੀਂ ਉਹ ਸਾਰਾ ਮਨਜ਼ਮ ਕਰਕੇ ਤੇ ਉਹਦੇ ਨਾਲ ਚੱਲੇ, ਅੱਲਾਹ ਤਾਲਾ ਉਹਨੂੰ ਜਨਤਾ ਚ ਉਹਦਾ ਘਰ ਕਰੇ, ਉਹ ਬੜਾ ਅੱਛਾ ਆਦਮੀ ਸੀ। ਲੇਕਿਨ ਫਿਰ ਕੀ ਹੋਇਆ ਕਿ ਸਾਰੇ ਪਿੰਡ ਨੇ ਉਹ ਜਿੰਨੇ ਜਣੇ ਜਨਾਨੀਆਂ ਆਏ ਨਾ ਸਾਰਿਆਂ ਨੇ, ਮੈਂ ਉਹਨਾਂ ਉਹਨਾਂ ਭੈਣਾਂ ਨੂੰ ਵੀ ਸਲਾਮ ਪੇਸ਼ ਕਰਨਾ, ਜੰਨਾਂ ਵਾਲੀਆਂ ਨੂੰ, ਉਹਨਾਂ ਭਾਈਆਂ ਨੂੰ ਵੀ ਸਲਾਮ ਪੇਸ਼ ਕਰਨਾ, ਉਹਨਾਂ ਕੋਲ ਕੇ ਦੱਸਿਆ। ਜਿਹੜਾ ਕਹਿੰਦੇ ਨਾ ਪੇ ਕੇ ਜੀ ਕੋਈ ਮਤਲਬ ਹੈ ਅਸੀਂ ਨਹੀਂ ਜੀ ਮੁਰਾਮਤ ਕਰਨੀ ਹੈ, ਜਿਸ ਵੇਲੇ 1965 ਵਾਲੀ ਜੰਗ ਤੇ ਹਮਲਾ ਹੋਇਆ ਸੀ ਨਾ ਝੀਂਡੇ ਤੇ, ਅਯੂਬ ਖਾਨ ਮੌਕੇ ਤੇ ਗਿਆ ਸੀ, ਅਯੂਬ ਖਾਨ ਕਿਹਾ ਕਿ ਮੈਨੂੰ 50 ਬੰਦੇ ਚਾਹੀਦੇ ਨੇ, ਉਹ ਮੁੰਡੇ ਜਿਹੜੇ ਕੁਆਰੇ ਹੋਣ ਮਾਰ ਜਾਣਗੇ ਪਿੱਛੋਂ ਆਈਆਂ ਨੇ ਨਾ ਰੋਣ ਆਉਂਦੇ ਆ ਇਹਦੇ ਬੰਦਿਆਂ ਨੂੰ ਪਤਾ ਹੀ ਨਹੀਂ ਨਾ ਲੋਕ ਕਹਿੰਦੇ ਮਤਲਬ ਚਵਲਾ ਮਾਰਦੇ ਪਏ ਨਾ ਧੀਆਂ ਦਾ ਪਤਾ ਨਾ ਕੁਪਰਾ ਦਾ ਪਤਾ ਲੇਕਿਨ ਅਯੂਬ ਖਾਨ ਕਿਹਾ ਮੈਂ ਉਹ ਬੰਦੇ ਲੈਣੇ ਨੇ 50 ਜਿਹਨਾਂ ਦਾ ਧੀ ਪੁੱਤਰ
ਹੋਈ ਹੈ ਤੇ ਇੱਥੇ ਆਪਣੇ ਚੁੰਡੇ ਵਾਲੇ ਮਾਸ ਚ ਹੋਈ ਹੈ। ਇਹ ਆਪਣੇ ਭਾਈ ਸਲੀਮ ਸਾਹਿਬ ਦੇ ਅੱਬਾ ਜੀ
ਉਸੇ ਉੱਥੇ ਮੌਜੂਦ ਸਨ, ਉਹਨਾਂ ਦੋ ਤਿੰਨ ਗੱਲਾਂ ਵੀ ਉਸਨੇ ਸੁਣਾਈਆਂ ਸਨ। ਲੇਕਿਨ ਜਿਸ ਵੇਲੇ ਉਹਨਾਂ ਟੈਂਕਾਂ ਥੱਲੇ ਛਾਪੀਆਂ ਡਾਹੀਆਂ ਨੇ ਨਾ, ਇੰਡੀਆ ਦੱਸ ਗਿਆ ਕਿ ਅਸੀਂ ਹੋਰੇ ਇੱਥੋਂ ਤੱਕ ਵੀ ਹਿੰਦੁਸਤਾਨੀ ਹੁੰਦੇ ਅਸੀਂ। ਅੱਜ ਜਿਹੜੀ ਗੱਲ ਹੋਈ ਹੈ, ਇੱਥੇ ਬੰਦੇ ਕਹਿੰਦੇ ਨੇ ਵੀ ਮੈਂ ਕਈਆਂ ਬੰਦਿਆਂ ਕੋਲ ਗੱਲਾਂ ਸੁਣੀਆਂ ਜੀ, ਉੱਥੇ ਮਦਦ ਨਹੀਂ ਜਾਣਾ, ਸ਼ਾਹ ਗਰੀਬ ਆਉਂਦੇ। ਇਹ ਹਿਕਮਤ ਅਮਲੀ ਸੀ ਸਾਡੀ, ਅਸੀਂ ਜਿਹੜੇ ਉੱਥੇ ਮਦਦ ਗਏ ਹਾਂ, ਸਾਡੀ ਹਿਕਮਤ ਅਮਲੀ ਸੀ। ਮੈਂ ਦੱਸਣਾ ਨਹੀਂ ਸੀ ਚਾਹੁੰਦਾ, ਇਹਨਾਂ ਦੀ ਬਕਾਇਦਾ ਉੱਥੇ ਗੱਲ ਹੋ ਚੁੱਕੀ ਹੈ, ਮਤਲਬ ਕਿਸਾਨ ਸਾਹਿਬ ਨਾਲ ਚੋਰੀ ਉੱਧਰ ਆ ਗਈ, ਉੱਥੇ ਹੀ ਸੀ, ਉੱਥੇ ਗੱਲਬਾਤ ਹੋਈ ਹੈ, ਗੱਲਬਾਤ ਕਰਕੇ ਉਹ ਟੁਰ ਗਏ। ਲੇਕਿਨ ਅਸੀਂ ਕਿਉਂਕਿ ਹਿਕਮਤ ਅਮਲੀ ਦੇ ਤਹਿਤ ਕੰਮ ਕੀਤਾ ਹੈ, ਸਾਰਾ ਮੀਡੀਆ ਤੇ ਆਇਆ, ਸਾਰਾ ਕੋਈ ਹੋਇਆ, ਉਹ ਇਸ ਵੇਲੇ ਕੀਤਾ ਸੀ ਕਿ ਸਾਡੇ ਬੰਦੇ ਜਾਗਦੇ ਰਹਿਣ, ਇਸ ਗੱਲ ਨੂੰ ਮਹਿਸੂਸ ਕਰਨ, ਪਰ ਸਾਡਾ ਕਬਜ਼ਾ ਕਰਨ ਆ ਗਏ ਨੇ। ਜੇ ਅਸੀਂ ਛੇੜੀ ਫੋਟੋ ਚਾੜ ਸਕਦੇ ਹਾਂ ਕੋਈ ਇਸ ਤਰ੍ਹਾਂ ਦੀ ਗਲਤੀ, ਤੋਂ ਉਹ ਮਤਲਬ ਮੈਨੂੰ ਨਹੀਂ ਪਸੰਦ ਹੈ, ਠੀਕ ਹੈ। ਬਾਕੀ ਦੂਸਰੀ ਗੱਲ ਇਹ ਕਿ ਮੈਂ ਤੁਹਾਡਾ ਭਰਾ ਆ, ਮੈਨੂੰ ਕਿਸੇ ਕਿਸਮ ਦਾ ਕੋਈ ਕਿਸੇ ਲੀਡਰ ਦਾ ਸ਼ੌਕ ਨਹੀਂ ਹੈ। ਮੈਂ 4 ਅਪ੍ਰੈਲ ਇਸ ਮਹੀਨੇ ਦੀ 4 ਤਰੀਕ ਦਾ ਮੈਂ ਸ਼ੁਰੂ ਕੀਤਾ ਫਿਰਨਾ, ਹਰ ਬੰਦੇ ਕੋਲ ਗਿਆ ਜਿਹਨੇ ਮੈਂ ਜਿਹਨਾਂ ਨੂੰ ਜਾਣਦਾ ਆ, ਯਾਰ ਮਿਹਰਬਾਨੀ ਕਰੋ, ਯਾਰ ਮਿਹਰਬਾਨੀ ਕਰੋ ਤੇ ਉੱਠੋ, ਲੇਕਿਨ ਕੋਈ ਬੰਦਾ ਉੱਠਿਆ ਨਹੀਂ। ਅਗਰ ਬਾਈ ਤੁਹਾਡੇ ਚੋਂ ਕੋਈ ਭਰਾ, ਮੈਂ ਬਿਲਕੁਲ ਹਮੇਸ਼ਾ ਅਗਰ ਜਾਨ ਵੀ ਲੈਣੀ ਪਈ ਤੇ ਸਭ ਨੂੰ ਪਹਿਲਾਂ ਲਿਆਂ ਦਾ, ਕੋਈ ਅਗਰ ਆਉਣਾ ਚਾਹੁੰਦਾ ਹੈ ਆਖਿਆ ਜੀ ਮੈਂ, ਕੋਈ ਹੁੰਦਾ ਜੀ ਨਾ ਗੱਲ, ਬੰਦਾ ਕਹਿੰਦਾ ਜੀ ਓਕੇ ਬੜੀ ਪਾਸ਼ਨ ਸਭ ਕੀ ਹੋਏ। ਅਗਰ ਕੋਈ ਬੰਦਾ ਇਸ ਤਰ੍ਹਾਂ ਦਾ ਹੈ ਤੇ ਮੈਂ ਉਹਦੇ ਮਗਰ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤੁਹਾਡੇ ਮਗਰ ਹਾਂ। ਅੱਗੇ ਆ ਖੋਦੇ ਤੇ ਅੱਗੇ ਲੱਗ ਜਾਂਦਾ, ਪਿੱਛੇ ਆ ਖੋਦੇ ਤੇ ਇਨਸ਼ਾਅੱਲਾ ਤਾਲਾ ਪਿੱਛੇ ਲੱਗ ਜਾਂਦਾ। ਇੱਥੇ ਅੱਗੇ ਮੁਸਲਮ ਸਾਹਿਬ ਨੇ ਆਖਿਆ ਕਿ ਤਕਰੀਰਾਂ, ਮੇਰੀ ਜਿਹੜੀ ਤਕਰੀਰ ਮੈਰੇ ਹੋਈ ਹੈ ਨਾ, ਜਿਹੜੀ ਮੇਰੀ ਤਕਰੀਰ ਉੱਥੇ ਮੈਰੇ ਹੋਈ ਹੈ, ਉਹਨੇ ਹੀ ਸਾਰਾ ਮਾਹੌਲ ਬਣਾਇਆ, ਉਹਨੇ ਹੀ ਜਗਾਇਆ। ਕੋਈ ਬੰਦਾ ਗੱਲ ਕਰੇ ਸੋਚ ਕਰੇ, ਠੀਕ ਹੈ, ਅਗਰ ਕਿਸੇ ਕੋਲ ਗਲਤੀ ਹੋ ਜਾਏ ਤਾਂ ਆਪਣੀ ਫੌਰਨ ਮੰਨੇ ਕਿ ਬਾਈ ਮੇਰੇ ਕੋਲ ਗਲਤ ਗੱਲ ਹੋ ਗਈ। ਉੱਥੇ ਜਿਸਨੇ ਗੋਲੀਆਂ ਲਾਈਆਂ ਨੇ ਤੇ ਮੈਂ ਉੱਥੇ ਚੀਕਿਆ ਵਾਂ, ਉਹਦੀ ਆਵਾਜ਼ ਸਾਰੇ ਮੀਡੀਆ ਸੁਣੀਏ, ਉਹ ਮੇਰੀ ਤਕਰੀਰ 1,21,000 ਬੰਦਿਆਂ ਸੁਣੀਏ। ਅੱਜ ਮੈਂ ਗੁਜ਼ਾਰਿਸ਼ ਕਰਨਾ ਕਿ ਸਾਡਾ ਇੱਕ ਦੋਸਤ ਹੈ ਚੌਧਰੀ ਸ਼ਹਿਦ ਕਮਾਲਾ, ਉਹਦਾ ਲਿੰਕ ਸ਼ੇਅਰ ਕੀਤਾ ਹੈ ਆਪਣੇ ਗਰੁੱਪ ਵਿੱਚ ਚੌਧਰੀ ਮਾਨ ਸਾਹਿਬ ਨੇ, ਉਹਨੂੰ ਸਾਰੇ ਫਾਲੋ ਕਰੋ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਉਹਦਾ ਜਿਹੜਾ ਚੈਨਲ ਇਸ ਮਸਲੇ ਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਤੋਂ ਜ਼ਿਆਦਾ ਚੁੱਕੋ। ਦੂਸਰਾ, ਜਿਹੜੀ ਮੀਟਿੰਗਸ ਹੁੰਦੀਆਂ ਨੇ ਨਾ, ਇਹ ਮਤਲਬ ਕਿਸੇ ਵੀ ਤਨਜ਼ੀਮ ਦੀ ਰੂਹ ਹੁੰਦੀਆਂ ਨੇ, ਇਹ ਮੀਟਿੰਗਾਂ ਕਰਦੇ ਰਹਿਣਾ ਚਾਹੀਦਾ। ਮੈਂ ਅਪੀਲ ਕਰਨਾ ਵਾ, ਇੱਕ ਮੀਟਿੰਗ ਤੁਸੀਂ ਉਸੇ ਦਿਨ ਕਰਾਓ, ਅੱਜ ਹਫ਼ਤਾ ਹੈ ਅਗਲੇ ਹਫ਼ਤੇ ਕਰਾਓ, ਇੱਕ ਉਸ ਤੋਂ ਅਗਲੇ ਹਫ਼ਤੇ ਟਿਮੇ ਕਰਾਓ, ਇੱਕ ਉਸ ਤੋਂ ਅਗਲੇ ਹਫ਼ਤੇ ਜੋੜੇ ਵਾਲੇ ਕਰਾਉਣ, ਫਿਰ ਜਲਾਲਪੁਰ ਵਾਲੇ ਕਰਾਉਣ, ਆਖਰੀ ਮੀਟਿੰਗ ਅਸੀਂ ਕਰਾਂਗੇ, ਜਲਸਾ ਆਮ ਕਰਾਂਗੇ। ਜਿੰਨੇ ਲੋਕ ਸਾਡੇ ਨਾਲ ਗਏ ਨੇ ਉੱਥੇ, ਉਹ ਜਿਹੜੇ ਪਾਣੀਆਂ 'ਚ ਖੁੱਲੇ ਰਹੇ ਨੇ, ਸਾਰਿਆਂ ਨੂੰ ਦੌਲਤ ਦੇ ਆਮ ਦੇ ਕੇ ਬੁਲਾਵਾਂਗੇ ਤੇ ਸਾਰੇ ਉੱਥੇ ਗੱਲਾਂ ਵੀ ਕਰਾਂਗੇ, ਉੱਥੇ ਸਲਾਮਾਂ ਵੀ ਕਰਾਂਗੇ, ਉੱਥੇ ਨਾਰੇ ਵੀ ਮਾਰਾਂਗੇ ਇਨਸ਼ਾਅੱਲਾ, ਠੀਕ ਹੈ ਜੀ। ਅਸੀਂ ਬਿਲਕੁਲ, ਮੈਂ ਓਪਨ ਪਿਆਰ ਨਾਲ ਸਾਰਿਆਂ ਸਾਥੀਆਂ ਨੂੰ ਕਿ ਸਾਨੂੰ ਹਰ ਵੇਲੇ ਹਰ ਕਿਸਮ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਰਹਿਣਾ ਚਾਹੀਦਾ, ਠੀਕ ਹੈ ਜੀ। ਜਿਹੜੀ ਹੁੰਦੀ ਜ਼ਮੀਨ, ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਧਰਤੀ ਮਾਂ ਪੇ ਕੁਰਬਾਨ ਹੋ ਗਏ, ਜੀ ਫਲਾਣੇ ਮੇਜਰ ਸਾਹਿਬ, ਤੁਸੀਂ ਸੁਣਿਆ ਅਕਸਰ ਆਉਂਦੇ ਜੀ, ਉਹ ਜੀ ਧਰਤੀ ਮਾਂ ਪੇ ਕੁਰਬਾਨ ਹੋ ਗਏ। ਧਰਤੀ ਮਾਂ ਦਾ ਮਤਲਬ ਇਹ ਜੀਵੀ ਮਾਂ ਹੈ,
ਜੀਵੀ ਜਿਹੜੀ ਹੈ ਉਹ ਮਾਂ ਹੈ। ਸਮਝ ਆਈ ਜੀ ਗੱਲ ਦੀ? ਜੀਵੀ ਕਿਉਂਕਿ ਮਾਂ ਹੈ, ਇਸ ਕਰਕੇ ਕਦੇ ਕਿਸੇ ਮਾਂ ਵੇਚੀ ਨਹੀਂ ਬੰਦੇ। ਕਈ ਮਜਬੂਰੀਆਂ ਲੋਕਾਂ ਨੂੰ ਆਉਂਦੀਆਂ ਨੇ, ਇਹ ਨਹੀਂ ਕਿ ਮਾਂ ਹੀ ਹੈ। ਇੱਕ ਸਾਡੇ ਲੋਕਾਂ ਨੇ ਮਿਸਾਲ ਬਣਾਈ ਹੈ ਕਿ ਦਾਦੀ ਮਾਂ ਤੇ ਕੁਰਬਾਨ ਹੋ ਗਿਆ। ਨਵਾਬ ਸਾਹਿਬ ਫਜ਼ਲ ਅਲੀ ਸਾਹਿਬ ਆਏ ਨਾ ਪੜ੍ਹ ਕੇ ਅਲੀਗੜ੍ਹ, ਉਹਨਾਂ ਨੂੰ ਸਾਦਾ ਖਿਤਾਬ ਮਿਲਿਆ, ਉਹਨਾਂ ਨੂੰ ਫਿਰ ਨਵਾਬ ਸਾਹਿਬ ਦਾ ਖਿਤਾਬ ਮਿਲਿਆ, ਖਾਨ ਬਹਾਦਰ ਦਾ ਮਿਲਿਆ, ਉਹਨਾਂ ਕੋਸ਼ਿਸ਼ ਕਰੋ ਆਖਰੀ ਅਰਮਾ ਇਸਤੇਮਾਲ ਕਰੋ ਜੀ, ਅਗਰ ਤੁਹਾਡੇ ਘਰੇ ਜਾਨ ਤੇ ਬਣ ਗਈ ਹੈ ਨਾ ਤਾਂ ਜ਼ਮੀਨ ਵੇਚੋ। ਤੇ ਦੂਜਾ ਇੱਥੇ ਕਹਿੰਦੇ ਨੇ ਵੀ ਸਾਵਾਂ ਕੋਈ ਨਹੀਂ ਹੁੰਦੀਆਂ, ਸਾਵਾਂ ਹੁੰਦੀਆਂ ਨੇ ਵਿਆਹ ਦੀਆਂ, ਉਹ ਮਰਨੇ ਦੀ ਗੱਲ ਸਾਰੇ ਹੈ। ਜਿਨ੍ਹਾਂ ਲੋਕਾਂ ਨੇ ਪੁੱਤਰਾਂ ਦੀਆਂ ਜੰਜਾਂ ਚਾੜਨੀਆਂ ਹੁੰਦੀਆਂ ਨੇ ਨਾ, ਜਾਂ ਜਿਨ੍ਹਾਂ ਧੀਆਂ ਦੀਆਂ ਡੋਲੀਆਂ ਕੱਢਣੀਆਂ ਹੁੰਦੀਆਂ ਨੇ ਉਹ ਸਾਵਾਂ ਕਰਦੇ ਨੇ। ਜਿਨ੍ਹਾਂ ਦੇ ਘਰ ਮਰਨਾ ਹੋ ਗਿਆ ਉਹਦੀ ਕੋਈ ਸਲਾਹ ਨਹੀਂ ਹੁੰਦੀ, ਉਹਨਾਂ ਜਿਹੜਾ ਟੈਲੀਫੋਨ ਕਰਨਾ ਉਹਦਾ ਰਹੋ, ਅਸਾਂ ਦੱਬਣਾ, ਅਸੀਂ ਉਸ ਹਾਲਾਤ ਤੋਂ ਗੁਜ਼ਰਨੇ ਵਾਲੇ ਹਾਂ ਜਿਹੜੇ ਆਪ ਪੜਦੇ ਨੇ ਪਏ, ਉਹਨਾਂ ਦੇ ਝਾੜੇ ਖੋ ਲੈਣੇ ਪਏ। ਅਸੀਂ ਇਨਸ਼ਾਅੱਲਾ ਤਾਲਾ ਜੋ ਕੁਛ ਸਾਡੇ ਕੋਲ ਹੈਗੇ ਦਾ ਅਸੀਂ ਲੈ ਕੇ ਬੇੜੇ ਜਾਵਾਂਗੇ। ਕੋਈ ਬੰਦਾ ਦਰਿਆ ਨਾ ਕਰੀਓ ਹੈ, ਕੋਈ ਬੰਦਾ ਬੁਜ਼ਦੀ ਨਾ ਵਿਖਾਈਓ, ਖੌਫ ਖਾਲਿਓ ਨਿਕਲੋ। ਮੈਂ ਸਾਰਿਆਂ ਦੇ ਕਮਜ਼ੋਰ ਬੰਦਾ ਵਾਂ, ਬਿਮਾਰ ਵੀ ਹਾਂ, ਲੇਕਿਨ ਮੈਂ ਜਿਸ ਵੇਲੇ ਸਾਰਿਆਂ ਬੰਦਿਆਂ ਕੋਲ ਗਿਆ ਨਾ, ਉਹ ਸਾਰੇ ਕਹਿੰਦੇ ਨੇ ਜੀ ਬੜਾ ਇਹਦੇ ਬੜੀ ਸਾਰਾ ਫਲਾਣ ਠੀਕ ਕਰ ਚੱਲੇ ਨੇ, ਜੇ ਹੋ ਗਿਆ ਉਹ ਹੋ ਗਏ, ਲੇਕਿਨ ਸਿਰਫ ਜ਼ੁਬਾਨੀ ਸੁਣ। ਮੈਂ ਉਸਾਮਾ ਸਾਹਿਬ ਦਾ, ਕਿਉਂਕਿ ਅਮਰ ਸਾਹਿਬ ਜਿਹੜੇ ਨੇ ਇਹਨਾਂ ਨੇ ਪਹਿਲਾਂ ਇਹ ਮਤਲਬ ਕੰਮ ਸ਼ੁਰੂ ਕੀਤਾ ਸੀ, ਮੈਂ ਜਿਸ ਵੇਲੇ ਉੱਥੇ ਸੁਣਿਆ ਬਾਣੀ ਹੈ ਭਾਈ ਸਰੀਕਰਾਂ ਦੀ ਪਰਜਾਈ ਮਰ ਗਈ, ਤੇ ਉੱਥੇ ਅਸੀਂ ਗਏ ਤੇ ਉੱਥੇ ਮੈਨੂੰ ਉੱਥੇ ਦੱਸਿਆ ਗਿਆ ਜੀ ਉਹ ਮੇਰੇ ਆਉਂਦੇ ਨੇ ਬੰਦੇ। ਮੈਂ ਉਸ ਵੇਲੇ ਭਾਈ ਕੋਲ ਤੋਂ ਗਿਆ, ਪੁੱਛਿਆ ਪਿੱਛਿਆ, ਫਿਰ ਦੂਜੇ ਹੋਰ ਭਰਵਾਈ ਕੋਲ ਪੁੱਛਿਆ, ਉਹਨੇ ਆਖਿਆ ਯਾਰ ਉਹ ਹਾਊਸਿੰਗ ਸਕੀਮ ਨਹੀਂ ਹੈ ਉੱਥੇ, ਉਹ ਕੋਈ ਨਾ ਆਪਣੇ ਸੰਤੀ ਏਰੀਆ ਬਣਾਉਂਦੇ, ਉਹ ਸੰਤੀ ਏਰੀਆ ਜਿਹੜਾ ਜਿਹਨੂੰ ਇੰਡਸਟਰੀਅਲ ਸਟੇਟ ਫੇਸ ਟੂ ਅਸੀਂ ਕਹਿੰਦੇ ਹਾਂ, ਉਹ ਬਣਾਉਂਦੇ। ਉਸ ਤੋਂ ਬਾਅਦ ਮੈਂ ਪਹਿਲਾ ਮੈਸੇਜ ਜਾਂ ਟੈਲੀਫੋਨ ਮਾਪ ਸਾਹਿਬ ਨੂੰ ਕੀਤਾ, ਦੂਸਰਾ ਮੈਂ ਚੋਰੀ ਅਮਰ ਤਰਾਣਾ ਸਾਹਿਬ ਨੂੰ ਕੀਤਾ, ਸਾਮਾਂ ਵਾਲੇ ਨੇ ਛੋਟਾ ਆਪਣਾ ਪੁੱਤਰ ਇਹ ਆ ਉਹ ਮੇਰੇ ਭਾਈ ਨੇ, ਮੈਂ ਉਹਨਾਂ ਨਾਲ ਮਸ਼ਵਰਾ ਕੀਤਾ ਯਾਰ ਸਾਨੂੰ ਕੀ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਸਾਨੂੰ ਰੋਲਾ ਪਾਉਣਾ ਚਾਹੀਦਾ, ਅਸਾਂ ਤਾਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਜੀ। ਫਿਰ ਅਸੀਂ ਨੰਬਰਦਾਰਾਂ ਦੇ ਡੇਰੇ 'ਤੇ ਖੜ ਕਰਕੇ ਅਤੇ ਵਾਰਡ ਸਾਹਿਬ ਗਰੁੱਪ ਬਣਾਇਆ, ਉਸ ਵਾਰਡ ਸਾਹਿਬ ਗਰੁੱਪ ਦਾ ਸਾਨੂੰ ਸਭ ਤੋਂ ਜ਼ਿਆਦਾ ਫਾਇਦਾ ਅੱਗੇ ਵੀ ਹੋਇਆ ਅਤੇ ਅੱਗੋਂ ਵੀ ਆਉਣਾ। ਅਤੇ ਤੁਸੀਂ ਵੇਖਦੇ ਹੋ ਜਿਹੜੇ ਭਿੜਾ ਆਉਂਦੀ ਉਹ ਢਾਲ ਆ ਜਾਂਦੀ, ਇੱਥੇ ਢਾਲ ਆਈ ਤਾਂ ਸਾਨੂੰ ਮਜ਼ਬੂਰਨ ਫਿਰ ਬੰਨ ਬਣਾਉਣਾ ਪਿਆ, ਉਹਦੀ ਵਜ੍ਹਾ ਇਹ ਨਹੀਂ ਸੀ ਕਿ ਢਾਲ ਮਿਲਾਈ, ਉਹ ਢਾਲ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਹੋਈਆਂ ਨੇ ਕਿ ਉਹ ਸਾਡੇ ਵੱਲ ਉਹਦਾ ਮਤਲਬ ਚੇਂਜ ਹੋ ਗਿਆ। ਹੁਣ ਢਾਲ ਲੱਗੀ ਹੈ ਸਹੇਲੀ ਦੇ, ਸਹੇਲੀ ਵਾਲਿਆਂ ਨੂੰ ਜਾਗਣਾ ਪੈਣਾ, ਜਿਗਣਾ ਚੋਰੀ ਅਮਜਦ ਨੇ ਸਾਨੂੰ ਸਾਰਿਆਂ ਨੂੰ ਜਗਾਇਆ, ਚੋਰੀ ਅਮਜਦ ਨਾ ਚੋਰੀ ਅਦਨਾਨ ਸਾਹਿਬ ਉਹਨਾਂ ਦੇ ਅੱਬਾ ਜੀ ਦਾ ਨਾਮ ਜਿਹੜੇ ਨਾ ਤੁਹਾਨੂੰ ਸਾਹਮਣੇ ਅਦਨਾਨ ਸਾਹਿਬ ਨੇ ਜਿਗਣ ਸਾਨੂੰ ਅੱਜ ਜਗਾਇਆ ਹੈ। ਇਹਦੇ ਦੋ ਤਰ੍ਹਾਂ ਬੰਦੇ ਸੀ ਜੀ ਹੋਰ ਜਾਗਦੇ ਰਹੇ, ਸਾਨੂੰ ਪਤਾ ਲੱਗ ਗਿਆ ਵਾ ਇਹ ਆ ਗਏ, ਇਹ ਆਪਣਾ ਗਵਾਹ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ ਤੁਸੀਂ ਫਿਕਰ ਨਹੀਂ ਕਰਨਾ, ਜਿੰਨੀ ਜਾਨ ਹੈ ਨਾ ਉਹਦੇ ਨਾਲ ਕੋਸ਼ਿਸ਼ ਕਰਨ ਦੇ ਵੱਧ ਹੋ ਗਈ ਆਪਣੀ, ਠੀਕ ਹੈ ਜੀ। ਤੁਸਾਂ ਸਿਰਫ ਇੱਕ ਮੈਂ ਵਾਅਦਾ ਕਰਨਾ, ਪਰ ਇਹ ਜਿਹੜੀ ਕਿਸੇ ਨੇ ਕੋਈ ਗੱਲ ਕਰਨੀ ਹੈ ਨਾ, ਕੋਈ ਜਿਹੜੀ ਚੰਗੀ ਗੱਲ ਨਾ ਆਵੇ
ਉਹ ਮੇਰੇ ਨਾਲ ਡਾਇਰੈਕਟ ਕਰ ਲਈਓ, ਮੇਰੇ ਨਾਲ ਡਾਇਰੈਕਟ ਕਰ ਲਈਓ, ਪਿੱਛੋਂ ਕੰਡੀ ਮੰਨੂ ਲਾ ਕੇ ਉਹ ਮਾਸਟਰ ਦੇ ਕਮਜ਼ੋਰੀ ਵਿਖਾ ਕੇ ਮੈਂ ਨਹੀਂ ਸਾਡਾ ਤੁਹਾਡਾ ਕਮਜ਼ੋਰੀ ਨਹੀਂ ਵਿਖਾਉਣਾ, ਮੈਂ ਧੋਖਾ ਨਹੀਂ ਦੇਵਾਂਗਾ ਤੁਹਾਨੂੰ, ਮੈਂ ਅਗਰ ਆਪਣੇ ਪਿਓ ਦਾ ਅਗਰ ਮੈਂ ਕਿਸੇ ਨੂੰ ਧੋਖਾ ਕੇ ਨਹੀਂ ਕਦੇ ਜਿੱਦਾਂ ਲਿਖਾ ਨਹੀਂ ਦੇਣਾ ਇਨਸ਼ਾ ਅੱਲਾਹ। ਮਿਹਰਬਾਨੀ ਜਨਾਬ, ਮੈਂ ਇਹਨਾਂ ਦਾ ਬੜਾ ਮਸ਼ਹੂਰ ਹਾਂ ਕਿ ਇਹਨਾਂ ਨੇ ਮੈਨੂੰ ਯਾਦ ਕੀਤਾ ਹੈ, ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਨਾਰੇ ਮਾਰਨੇ ਸਿਰਫ ਮੌਲਵੀ ਤਰੀਕ ਅਦਰ ਕਹਿਣਾ ਆਪਕੋ ਸੁਭਾਨ ਅੱਲਾਹ, ਉਹ ਸਾਰੇ ਬੰਦੇ ਆ ਦੇਣ ਸੁਭਾਨ ਅੱਲਾਹ, ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਅੱਲਾਹ ਸ਼ਰੀਕ ਕਰਨੀ, ਨਾਰੇ ਮਾਰਨੇ, ਫੜ ਲਓ ਕਰਨਾ, ਅੱਜ ਅਸੀਂ ਫੜ ਲਓ ਕਰਨ ਵਾਸਤੇ ਮਗਰ ਭੱਜੇ ਹਾਂ, ਠੀਕ ਹੈ ਉਸਾਮਾ ਸਾਹਿਬ, ਇਹ ਦੋ ਟਾਈਮ ਮੁੜੇ ਹੋਰ ਜੰਗ ਆਏ ਸ਼ਰੀਰ ਦੇ, ਹੈਂਜੀ ਉਹਨਾਂ ਭੱਜ ਕੇ ਫੜ ਲੈਣ, ਉਹਨਾਂ ਕੋਲ ਅਸੀਂ ਡਬਲ ਕੈਬਲ ਤੇ ਦੂਜੀਆਂ ਗੱਡੀਆਂ ਵੱਡੀਆਂ ਤੇ ਇਹਨਾਂ ਸਕੂਟਰਾਂ ਤੇ ਭੱਜ ਕੇ ਫੜ ਲੈਣ, ਤੁਹਾਡੇ ਕੋਲ ਇਸ ਤਰ੍ਹਾਂ ਦੇ ਜਣੇ ਵੀ ਮੁੰਡਿਆਂ ਲੈਣੇ ਜਿਹੜੇ ਉਹਨਾਂ ਦੇ ਮਗਰ ਹੈਂਜੀ ਪੈਦਲ ਭੱਜ ਕੇ ਫੜ ਸਕਦੇ, ਇੱਕ ਵਾਰਾ ਕਰੋ, ਕੋਈ ਬੰਦਾ ਮੁਨਾਫਰ ਨਾ ਕਰੇ, ਹੱਥ ਖੜੇ ਕਰੇ ਸਾਰੇ, ਹੱਥ ਖੜੇ ਕਰੋ, ਕੋਈ ਬੰਦਾ ਇਸ ਕਾਲ ਤੋਂ ਇਸ ਕਾਲ ਨਾਲ ਨਾ ਮੁਨਾਫਰ ਨਹੀਂ ਕਰੇ, ਜੇ ਸਾਡੇ ਵਿੱਚੋਂ ਕੋਈ ਮੁਨਾਫਕ ਨਾ ਹੋਇਆ ਉਹ ਫਿਰ ਅੱਜ ਅਸਾਂ ਮੁਖਬਰ ਢੂੰਡਦੇ, ਉਹ ਜਿਹੜੇ ਬੰਦੇ ਨੇ ਉਹਨੂੰ ਐਡ ਕੀਤੇ ਉਹ ਵੀ ਢੂੰਡਦੇ, ਉਹ ਸਮਾ ਸਾਹਿਬ ਤੇ ਜੋ ਨਵੀਰ ਸਾਹਿਬ ਲੱਗੇ ਸਨ ਉਹਦੇ ਬਾਰੇ ਡਿਸਕਸ ਕਰਨ ਤੇ ਉਹ ਇਹਨਾਂ ਨੂੰ ਮੈਂ ਨਾਮ ਹੀ ਦੱਸਿਆ ਬੰਦੇ ਦਾ, ਉਹ ਮੈਨੂੰ ਤੇ ਨਰਮੇ ਉਹ ਖਤ ਉੱਥੋਂ ਭੇਜਿਆ ਗਿਆ ਉਹਦਾ ਸਾਰਾ ਡਾਟਾ, ਜੀ ਇਹ ਬੰਦਾ ਜੇ ਤੁਹਾਡੀ ਜਿਹੜੀ ਮੁਖਬਰੀ ਕਰ ਰਹੇ ਉਹ ਅਗਰ ਅਸੀਂ ਕਨਫਰਮ ਕਰ ਲਏ ਉਹ ਹੀ ਬੰਦਾ ਹੈ, ਅਈਏ ਵੀ ਸਾਡੇ ਗਰੁੱਪ ਹੀ ਮੌਜੂਦ ਹੈ, ਅਸੀਂ ਉਹਨੂੰ ਸਵੇਰੇ ਕੱਢੀਏ ਸ਼ਾਮੀ ਕੱਢੀਏ ਕੱਢ ਸੜਾਉਂਦੇ ਸੀ, ਐਂ ਜੀ ਸਰ ਮੱਖਣ ਚ ਬਾਹਰ ਕੱਢਦੇ ਨੇ ਐਂ ਜੀ ਕੱਢਾਂਗੇ, ਬਲਕਿ ਉਹਨੂੰ ਜਾ ਉਹਦੇ ਫੋਨ ਕਰਕੇ ਜਾ ਕੇ ਉਹ ਬੰਦੇ ਦਾ ਪੁੱਤਰ ਬਣ ਆ ਜਾ ਕਰ, ਹਰ ਰੋਜ਼ ਜਿਹੜੇ ਅਫਸਰ ਆਉਂਦੇ ਨੇ ਰਾਤ ਨੂੰ ਸਾਰਾ ਪਤਾ ਲੱਗ ਗਿਆ, ਸਾਡਾ ਚੌਧਰੀ ਸ਼ਾਫੀ ਹੁਸੈਨ ਸਾਹਿਬ ਨੂੰ, ਚੌਧਰੀ ਸਾਬਤ ਹੁਸੈਨ ਸਾਹਿਬ ਨਾਲ, ਚੌਧਰੀ ਪਰਵੇਜ਼ ਭਾਈ ਸਾਹਿਬ ਨਾਲ, ਚੌਧਰੀ ਬਜਾਪ ਨਾਲ, ਜਿਹੜੀਆਂ ਉਹਨਾਂ ਦੀਆਂ ਮੁਖਾਲਫ ਸਾਡੀਆਂ ਭੈਣਾਂ ਸਨ ਉਸ ਇਸ ਇਲੈਕਸ਼ਨ ਮਤਲਬ ਬੜੀਆਂ ਮੁਤਾਬਕ, ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਇਖਤਲਾਫ ਨਹੀਂ, ਠੀਕ ਹੈ ਜੀ, ਮਤਲਬ ਸਾਨੂੰ ਹਰ ਜਿਸ ਤਰ੍ਹਾਂ ਉਹ ਸਾਡੇ ਕੋਲ ਆਉਂਦੇ ਨੇ ਸਾਨੂੰ ਉਹ ਜਾਣਾ ਪੈ ਗਿਆ ਉਹਨਾਂ ਕੋਲ, ਹੈ ਜੀ ਜੇ ਉਹਨਾਂ ਨੇ ਜੀਆਂ ਵਾਲੀਆਂ ਹੁੰਦੀਆਂ ਆਪਣੀਆਂ ਵੋਟਰਾਂ ਦੀਆਂ, ਭਾਈ ਆਪਣੀਆਂ ਵੋਟਰਾਂ ਦੀਆਂ ਵਾ ਲੈਂਦੇ ਤੇ ਸਾਡੀਆਂ ਵੜ ਲੈਂਦੇ, ਅਸੀਂ ਖੁਦਾ ਦੀ ਕਸਮੇ ਨਹੀਂ ਜਾਣਾ, ਕਿਉਂਕਿ ਉਹਨਾਂ ਨੇ ਆਪਣਿਆਂ ਦੀਆਂ ਵੀ ਵਲੀਆਂ ਨੇ ਤੇ ਸ਼ਰੀਕਾਂ ਦੀਆਂ ਵੀ ਵਲੀਆਂ ਨੇ, ਇਹ ਇੱਕ ਅਸੂਲ ਹੈ, ਜੇ ਇੱਕ ਨੂੰ ਬੁਲਾਉਣ ਤੇ ਫਿਰ ਦੂਜੇ ਨੂੰ ਬੁਲਾਉਣਾ ਪੈਣਾ, ਹੁਣ ਜਿਸ ਵੇਲੇ ਅਸਾਂ ਸਾਰਿਆਂ ਜੇ ਅਸਾਂ ਬਚਣਾ ਹੈ ਤਾਂ ਸਾਰਿਆਂ ਬਚਣਾ ਹੈ, ਅਮਰ ਸਾਹਿਬ ਜੇ ਅਸਾਂ ਬਚਣਾ ਸਾਰਿਆਂ ਬਚਣਾ, ਜੇ ਨਹੀਂ ਬਚਣਾ ਤਾਂ ਫਿਰ ਕਿਸੇ ਨਹੀਂ ਬਚਣਾ, ਫਿਰ ਐਂ ਸਮਝ ਲਓ ਆ ਗਈ ਇਹ ਭਿੰਬਰ ਲੈ ਗਈ ਰੋਡ ਤੇ, ਸਾਡਾ ਰਕਬਾ ਜਿੰਨਾ ਹੈ ਐਟੀਰੀਆ ਦੀ ਲੱਸ ਗਏ ਸਾਰੀ, ਉਹ ਮਤਲਬ ਉਹ ਨਹੀਂ ਜ਼ਰੇ ਇਸਤੇਮਾਲ ਨਹੀਂ ਜ਼ਰੇ ਕਾਸ਼ਤ, ਇਹ ਸਾਡੀਆਂ ਲੱਸਾਂ ਵੇਖ ਲਓ ਇਹ ਨਹੀਂ ਹੈ, ਇਸ ਭਿੰਬਰ ਸਾਡਾ ਰਕਬਾ ਵੇਖ ਲਓ ਜਿਹੜਾ ਸਾਡੇ ਪਿੰਡ ਦਾ ਇਸ ਭਿੰਬਰ ਚ ਗਏ, ਉਹ ਮੇਰਾ ਖਿਆਲ ਹੈ ਇਹ ਜਿਹੜਾ ਬਣਦੇ ਨੇ ਇੰਨਾ ਉਹ ਵੀ ਹੋਣਾ ਹੀ ਹੈ, ਠੀਕ ਹੈ ਜੀ, ਸਾਡੀ ਇੱਕ ਯਾਦ ਰੱਖਣੀ, ਅਸਾਂ ਕੋਈ ਤਜਵੀਜ਼ ਨਹੀਂ ਦੇਣੀ, ਫਲਾਣੀ ਥਾਂ ਤੇ ਬਣਾ ਲਓ, ਫਲਾਣੀ ਥਾਂ ਤੇ ਬਣਾ ਲਓ, ਸਾਡੀ ਇੱਕੋ ਹੀ ਤਜਵੀਜ਼ ਹੈ ਇੱਥੇ ਨਾ ਬਣਾਓ,
ਇਹ ਜ਼ੁਲਮ ਨਾ ਕਰੋ, ਸਾਡੇ ਨਾਲ ਇਹ ਜ਼ੁਲਮ ਨਾ ਕਰੋ। ਉਹ ਕਦੀ ਇੰਜ ਹੋਇਆ ਆਰਸ਼ਾ ਤੁਹਾਡੀ ਹੋਵੇ ਵਿੱਚ ਦਲਾਲ ਪੈ ਹੁੰਦੇ ਨਾ ਮੰਡੀਆਂ ਦੇ, ਉਹ ਦਲਾਲ ਬੰਦਿਆਂ ਪਾਏ ਹੁੰਦੇ ਔਰ ਹਜ਼ਾਰ ਦੋ ਰੁਪਇਆ ਲੈ ਕੇ ਤੇ ਸੌਦਾ ਕਰਾ ਦਿੰਦੇ ਡੰਗਰਾਂ ਦਾ। ਲੇਕਿਨ ਅਸਾਂ ਤੇ ਕਿਸੇ ਨੂੰ ਆਖਿਆ ਵੀ ਨਹੀਂ ਹੈ, ਅਸਾਂ ਵੇਚਣੀਆਂ ਨੇ ਜਾਂ ਸਾਡੇ ਇਸਤੇਮਾਲ ਤੋਂ ਜ਼ਿਆਦਾ ਨੇ। ਇੱਕ ਹੋਰ ਗੱਲ ਹੈ, ਇੱਥੇ ਬੰਦੇ ਕਹਿੰਦੇ ਨੇ ਵੀਰ ਜੀ ਕਿ ਉਹ ਸ਼ਾਮ ਲਾਲ ਜੇਲੀ ਨੇ ਜੋੜੇ ਗੁਰਦਾਸਪੁਰ ਦੀ ਤੇ ਉਹਦੇ ਤੇ ਪੈਂਦੇ ਨੇ ਜਾਂ ਸੇਹਰੀ ਦਾ ਇਸਤੇਮਾਲ ਨਹੀਂ ਹੋਇਆ ਤੇ ਉਹਦੇ ਵਾਸਤੇ ਆਉਂਦੇ ਨੇ, ਉਹ ਸਾਡਾ ਤੇ ਇਸਤੇਮਾਲ ਹੋਏ ਆ, ਇੱਥੇ ਕਿਉਂ ਆਉਂਦੇ ਨੇ? ਜਿਨ੍ਹਾਂ ਦਾ ਮਿਸ਼ਨ ਹੁੰਦਾ ਨਾ, ਜਿਹੜਾ ਬੰਦਾ ਜਿਹਦਾ ਜਿਹਨੂੰ ਜਿਹੜੇ ਕੰਮ ਦੀ ਜਾਂਚ ਹੁੰਦੀ ਹੈ ਉਹ ਹੀ ਕਰਦਾ ਹੈ। ਇਹਨਾਂ ਨੂੰ ਇਸ ਕੰਮ ਦੀ ਬੜੀ ਜਾਂਚ ਤੇ ਬੜੇ ਸਿਆਣੇ ਨੇ। ਮੈਂ ਅਪੀਲ ਕਰਨਾ ਇਸ ਫੋਰਮ ਤੋਂ ਜੀ ਚੌਧਰੀ ਸ਼ਾਹਿਦ ਹੁਸੈਨ ਸਾਹਿਬ ਅੱਗੇ, ਚੌਧਰੀ ਸਾਹਿਬ ਹੁਸੈਨ ਸਾਹਿਬ ਅੱਗੇ, ਚੌਧਰੀ ਉਹਨਾਂ ਦੇ ਜਿਹੜੇ ਵਾਲਦ ਸਾਹਿਬ ਨੇ ਵੱਡੇ, ਸਾਡਾ ਖਤਾ ਛੱਡੋ, ਅਸੀਂ ਇੰਨੇ ਜੋਗੇ ਨਹੀਂ ਹੈ, ਅਸੀਂ ਇਹ ਜਿਹੜੇ ਮਰਦੇ ਹੈ ਨੇ ਦੇ ਕੇ ਤੇ ਤੂਤਾਂ ਵਾਲਾ ਵਿਹੜਾ ਪੇ ਵੇਖੀਏ। ਤੇ ਮੈਂ ਉੱਥੇ ਕੱਲ ਹੀ ਆਖੇ ਜਿਹੜੇ ਸਾਡੇ ਸੰਗੀ ਨੇ, ਸਾਡੇ ਸਾਖ ਨੇ, ਜਿਹੜੇ ਸਾਡੇ ਕੋਲ ਵੋਟ ਲੈਣ ਆਉਂਦੇ ਅਸੀਂ ਉਹ ਸਾਨੂੰ ਜੱਫੇ ਮਾਰਦੇ, ਉਹਨਾਂ ਨੂੰ ਅਪੀਲ ਹੈ ਕਿ ਸਾਨੂੰ ਰੋ, ਅਸੀਂ ਵਾਕਿਆ ਹੀ ਕਮਜ਼ੋਰ ਬੰਦੇ ਹਾਂ, ਲੇਕਿਨ ਅਸੀਂ ਦਿਲ ਦੇ ਕਮਜ਼ੋਰ ਨਹੀਂ ਹੈ। ਅਸਾਂ ਦੱਸ ਰਹੇ ਜਿਹੜੇ ਅਸੀਂ ਉੱਥੇ ਗਏ ਹਾਂ ਚੋਰੀ ਆਸਨ ਸਾਹਿਬ ਨੂੰ ਸਾਰਾ ਪਤਾ ਅੰਦਰ ਟਰੈਕਟਰ ਸਾਹਮਣੇ ਹੋ ਗਿਆ, ਜਿਹੜਾ ਅਸੀਂ ਇਤਜਾਜ ਕੀਤਾ ਹੈ ਉਹਨੇ ਪੂਰੇ ਜ਼ਿਲ੍ਹੇ ਦੀਆਂ ਟੱਲੀਆਂ ਖੜਕਾ ਛੱਡੀਆਂ, ਠੀਕ ਹੈ ਜੀ। ਉੱਥੇ ਡੀ ਸੀ ਸਾਹਿਬ ਮੌਜੂਦ ਨਹੀਂ ਸਨ, ਏ ਸੀ ਸਾਹਿਬ ਮੌਜੂਦ ਨਹੀਂ ਸਨ, ਉਹ ਪਹਿਲਾਂ ਏ ਸੀ ਸਾਹਿਬ ਆਏ ਨੇ, ਉਹਨਾਂ ਦੇ ਮੁਤਲਕ ਬੰਦਿਆਂ ਨੇ ਸਮਝਿਆ ਪਏ ਸਾਡੇ ਕਾਬਲ ਹੀ ਨਹੀਂ ਕਿ ਅਸੀਂ ਇਹਦੇ ਨਾਲ ਗੱਲ ਕਰੀਏ। ਫਿਰ ਅਸੀਂ ਉਹਨੂੰ ਰਿਕੁਐਸਟ ਕੀਤੀ, ਪਰ ਡੀ ਸੀ ਸਾਹਿਬ ਨੂੰ ਮਿਹਰਬਾਨੀ ਕਰੋ ਬੁਲਵਾ ਲਿਆ, ਉਹਨੇ ਆਖਿਆ ਐਂ ਕਿਤੇ ਦੂਰ ਨਿਕਲੇ ਨੇ ਤੇ ਬੜੇ ਹਟਾਵੇ ਗਏ ਨੇ, ਲੇਕਿਨ ਹੁਣ ਉਹਨਾਂ ਦੀ ਮਿਹਰਬਾਨੀ ਆ ਗਏ ਆਏ ਇਸ ਕਿਤੇ ਨਹੀਂ ਆਏ, ਉਹ ਮਾਸਟਰ ਸਾਹਿਬ ਆਇਆ ਹੈ ਜਾਂ ਚੋਰੀਆ ਸਾਹਿਬ ਆਇਆ ਹੈ, ਉਹਨੂੰ ਪਤਾ ਲੱਗ ਗਿਆ ਜਿਹਨਾਂ ਦੇ ਘਰ ਭਿੱਡ ਕੀਤੀ ਹੁੰਦੀ ਉਹ ਸਾਰੇ ਆ ਗਏ ਉਹਦੇ, ਤੇ ਜਿਸ ਵੇਲੇ ਸਾਰੇ ਜਾਈਏ ਨਾ ਇਕੱਠੇ ਹੋ ਕੇ ਬੱਜ ਕੇ ਤੇ ਫਿਰ ਕੋਈ ਤਾਕਤ ਨਹੀਂ, ਫਿਰ ਕੋਈ ਗਾਹ ਹੀ ਨਹੀਂ ਸਕਦਾ ਤੁਹਾਡੀ ਜ਼ਮੀਨ ਨੂੰ, ਤੁਹਾਡੇ ਕੋਲ ਖੋ ਹੀ ਨਹੀਂ ਸਕਦਾ ਕੋਈ ਬੰਦਾ। ਕਿਰਦਾਰ ਦਾ ਕੀਤਾ ਉਹੀ ਕਰੋ, ਜਾਗਦੇ ਰਹੋ ਤੇ ਅਸੀਂ ਇਨਸ਼ਾਅੱਲਾ ਤਾਲਾ ਜ਼ਰੂਰ ਪਾਉਂਗਾ, ਜੇ ਉਹਦੇ ਨਾਲ ਰਹੇ ਤੇ ਜਿਹੜੀ ਚੋਗੇ ਅਸੀਂ ਉਹਨੂੰ ਡਾਕਾ ਲਿਆ ਕੇ ਕੋਈ ਇੰਡਸਟਰੀਅਲ ਸਟੇਟ ਨਹੀਂ ਬਣਾਈ ਹੈ। ਮੈਂ ਦੁਨੀਆਂ
ਲਾਟੀਬਾ ਸਾਡੇ ਵਿੱਚ, ਚੜ੍ਹੋ ਸਾਡੇ ਵਿੱਚ, ਮਲਕਪੁਰੇ ਜਿਹੜੇ ਪੁਰਾਣੇ ਜਿਹੜੇ ਕੱਖ ਲਾਈ ਨੇ ਉਹਨਾਂ ਨੂੰ ਪਤਾ ਹੈ ਸਾਡੇ ਕੌਣ ਨੇ, ਉਹਨਾਂ ਦੇ ਘੜੇ ਕਿਵੇਂ ਨੇ, ਮਾਸਟਰ ਸਾਹਿਬ ਠੀਕ ਹੈ, ਉਹਨਾਂ ਦੇ ਘੜੇ ਕਿਵੇਂ ਨੇ, ਬੰਦੇ ਐਸੇ ਨੇ ਅੱਲਾਹ ਤਾਲਾ ਇੱਥੇ ਕਿਸੇ ਬੰਦੇ ਆ ਕੇ ਸਾਡੇ ਮੁਲਕ ਦੇ ਨੁਮਾਇੰਦੇ ਨੇ, ਜਿਕਣ ਬਣੇ ਨੇ ਸਾਰਿਆਂ ਨੂੰ ਪਤਾ, ਜਿਕਣ ਲੋਕ ਬਣੇ ਨੇ ਸਾਡੇ ਸੱਜੇ ਪਾਸੇ ਕੁਲੇ ਵਾਲੀਆਂ ਨਾਲ ਜੋ ਕੁ ਹੋਇਆ, ਇੱਧਰ ਦੂਜੇ ਪਾਸੇ ਚੋਰੀ ਸਾਜੇ ਚਲਾਣ ਨਾਲ ਜੋ ਕੁ ਹੋਇਆ, ਸਾਰੇ ਵਕੂਏ ਹੋਏ ਨੇ, ਲੇਕਿਨ ਅਸੀਂ ਉਹਨੂੰ ਤਸਦੀਕ ਕਰਦੇ, ਮੇਰਾ ਵੀ ਕੋਈ ਇਤਰਾਜ਼ ਨਹੀਂ ਹੈ, ਠੀਕ ਹੈ ਅਗਰ ਹਕੂਮਤ ਨਾ ਬਣਾਈਏ ਤਾਂ ਸਭ ਬਿਸਮਿਲਾ, ਲੇਕਿਨ ਉਹਨੂੰ ਚਲਾਉਣ, ਉਹਨੂੰ ਚਲਾ ਕੇ ਸਾਨੂੰ ਕੱਢਣ, ਸਾਡੀਆਂ ਜੇਵੀਆਂ ਦਾ ਖਤਰਾ ਛੱਡਣ, ਅਸੀਂ ਉਹਨਾਂ ਦੀ ਪਾਰਟੀ ਪਾਰਟੀਆਂ, ਅਸੀਂ ਆਖਾਂਗੇ ਜ਼ਿੰਦਾ ਵਾ, ਅਤੇ ਜੇ ਅਸੀਂ ਕਬਜ਼ਾ ਹੀ ਕਰਨਾ ਨੇ ਅਤੇ ਫਿਰ ਤਾਂ ਹੋਰ ਨਹੀਂ ਲੈਣਾ ਜੀ, ਅਸੀਂ ਮਾੜੇ ਹਾਂ, ਮੈਂ ਨਹੀਂ ਕਹਿੰਦਾ ਕਿ ਅਸੀਂ ਮਾਰਾਂਗੇ, ਲੇਕਿਨ ਅਸੀਂ ਮਾਰ ਜ਼ਰੂਰ ਖਾਵਾਂਗੇ, ਅਤੇ ਜਿੰਨੀ ਖਾ ਸਕੇ ਖਾਵਾਂਗੇ, ਹੈ ਜੀ। ਉਹ ਮੈਂ ਚੌਥੀ ਜਮਾਤ ਪੜ੍ਹਦਾ ਆਇਆ 1980 ਦੀ ਗੱਲ ਹੈ, ਮੁਹਰਮ ਸ਼ਰੀਫ ਆ ਗਿਆ ਅਤੇ ਇਸ ਤਰ੍ਹਾਂ ਹੀ ਮਜਲਸਾਂ ਹੁੰਦੀਆਂ ਜੀ। ਇੱਕ ਦਿਨ ਬੈਠੇ ਅਤੇ ਮੈਂ ਅੱਬਾ ਜੀ ਨੂੰ ਆਖਿਆ, ਮੈਂ ਕਿਹਾ ਅੱਬਾ ਜੀ ਅਸੀਂ ਕਿਹੜੇ ਫਿਰਕੇ ਦੇ ਹਾਂ, ਉਹਨਾਂ ਆਖਿਆ ਅਸੀਂ ਤੇ ਮੁਸਲਮਾਨ ਹਾਂ। ਮੈਨੂੰ ਸ਼ੁਰੂ ਤੋਂ ਆਦਤ ਹੈ ਸਵਾਲ ਜਵਾਬ ਕਰਨ ਦੀ, ਮੇਰੀ ਜੁਸਜੂ ਰਹੀ ਹੈ ਕਿ ਮੈਂ ਘੁੰਮਾਉਂਦਾ ਰਹਾਂ, ਕਿ ਮੈਂ ਕੁਛ ਪੁੱਛਿਆ ਲਾ ਵੀ, ਅਗਰ ਮੈਂ ਕਿਸੇ ਬੰਦੇ ਕੋਲ ਬੈਠਾ ਤੇ ਮੈਂ ਸਮਝਿਆ ਕਿ ਮੈਂ ਉਹ ਤੁਹਾਨੂੰ ਸਭ ਲਿਆ। ਅੱਬਾ ਜੀ ਮੈਨੂੰ ਕਹਿੰਦੇ ਨੇ ਪੁੱਤਰ ਦੋ ਹੀ ਫਿਰਕੇ ਰਹਿ ਗਏ, ਇੱਕ ਹੁਸੈਨੀਅਤ ਇੱਕ ਯਜ਼ੀਦੀਅਤ, ਠੀਕ ਹੈ ਜੀ। ਅਸੀਂ ਪੁੱਤਰ ਹੁਸੈਨੀਅਤ ਨਾਲ, ਅਸੀਂ ਫਿਰ ਮੈਂ ਉਸ ਦਿਨ ਦਾ ਹੋਸ਼ ਸੰਭਾਲ ਲਈਏ ਤੇ ਮੈਂ ਹੁਸੈਨੀਅਤ ਨਾਲ, ਠੀਕ ਹੈ ਜੀ। ਯਜ਼ੀਦ ਬੇ ਔਲਾਦ ਨਹੀਂ ਆਇਆ, ਯਜ਼ੀਦ ਦਾ ਵੀ ਕਬਰ ਫਿਰਦਾ ਹੈ, ਉਹ ਸੈਯਦ ਦੇ ਸਾਰੇ ਦਾਅਵੇਦਾਰ ਨੇ, ਲੇਕਿਨ ਯਜ਼ੀਦ ਦੀ ਔਲਾਦ ਹੋਣ ਦਾ ਦਾਅਵੇਦਾਰ ਕੋਈ ਨਹੀਂ, ਲੇਕਿਨ ਹੈ ਸਹੀ। ਉਹ ਫਿਰ ਜਿਹੜਾ ਕੰਮ ਬੰਦੇ ਦੱਸਦੇ ਨੇ ਉਹ ਫਿਰ ਬੰਦੇ ਸਮਝ ਲੈਂਦੇ ਇਹ ਉਹ ਨੇ, ਠੀਕ ਹੈ ਜੀ। ਮੈਂ ਇਸ ਗੱਲ ਤੇ ਐਗਰੀ ਹਾਂ, ਮੇਰੇ ਸਾਰੇ ਸਾਥੀ ਐਗਰੀ ਨੇ, ਚਾੜੇ ਵਾਲੇ, ਟਿੱਬੇ ਵਾਲੇ, ਜਲਾਲਪੁਰ ਵਾਲੇ, ਜੋੜੇ ਵਾਲੇ, ਸੇਲੀ ਵਾਲੇ, ਮੈਂ ਕਿਸੇ ਗੱਲ ਕਰਦੇ ਹਾਂ ਨਾਮ, ਅਗਰ ਨਾਮ ਹੀ ਨਾ ਕਿਸੇ ਪਿੰਡ ਦਾ ਲੈ ਸਕਾਂ ਉਹਦਾ ਇਹ ਨਹੀਂ ਮਤਲਬ ਕਿ ਮਨ ਨੂੰ ਚੇਤਾ ਨਹੀਂ ਹੈ। ਇਹ ਸਾਰੇ ਬੰਦੇ ਇਸ ਗੱਲ ਤੇ ਐਗਰੀ ਨੇ ਕਿ ਚੌਧਰੀ ਸ਼ਾਫੇ ਹੁਸੈਨ, ਚੌਧਰੀ ਸਾਦਕ ਹੁਸੈਨ, ਮਰੀਅਮ ਨਵਾਜ਼, ਸ਼ਬਾਜ਼ ਸ਼ਰੀਫ, ਜਿੱਥੇ ਖੜਨਾਂਗੇ ਅਸੀਂ ਚਲਾਂਗੇ, ਤੇ ਜੇ ਨਾ ਖੜੇ ਉਸ ਤਰ੍ਹਾਂ ਚਲਾਂਗੇ। ਲੇਕਿਨ ਅੱਜ ਕੱਲ੍ਹ ਜਿਹੜਾ ਮੌਸਮ ਬੜਾ ਗਰਮ ਹੈ, ਕੋਈ ਸਵਾਲ ਇੱਥੇ ਆਉਂਦੇ ਰਹਿੰਦੇ ਨੇ ਗੁਜਰਾਤ, ਜਿਸ ਦਿਨ ਇੱਥੇ ਆਉਣ ਉਹਨਾਂ ਦੇ ਬੜੇ ਪੱਕੇ ਸਾਥੀ ਨੇ, ਚੌਰੀ ਪਰਵੇਜ਼ ਲਾਈ ਸਾਹਿਬ ਅਤੇ ਚੌਰੀ ਜਿਹੜੇ ਵੱਡੇ ਚੌਰੀ ਸਾਹਿਬ ਆ ਉਹਨਾਂ ਦੇ ਬੜੇ ਰਾਬਤੇ ਜਿਸ ਵੇਲੇ ਆਉਂਦੇ ਤੇ ਪੂਰੇ ਜ਼ਿਲ੍ਹੇ ਨੂੰ ਪਤਾ ਲੱਗ ਜਾਂਦਾ ਹੈ। ਇਹ ਚੂੰਕਿ ਮੁੰਡਿਆਂ ਪਹਿਲੀ ਵਾਰੀ ਇਲੈਕਸ਼ਨ ਲੜੇ, ਇਹਨਾਂ ਦਾ ਉਸ ਤਰ੍ਹਾਂ ਦਾ ਨਹੀਂ, ਲੇਕਿਨ ਇਹਨਾਂ ਨੇ ਆਪਣਾ ਨੈਟਵਰਕ ਸਾਂਭ ਬਚਾ ਲਿਆ, ਠੀਕ ਹੈ ਜੀ। ਇਹਨਾਂ ਦੇ ਜਿਹੜੇ ਕਦਕ ਵਾਲੇ ਬੰਦੇ ਨੇ, ਅਸੀਂ ਜਿਹੜਾ ਪਹਿਲੇ ਦਿਨ ਫੰਕਸ਼ਨ ਉੱਥੇ ਇਕੱਠ ਕੀਤਾ, ਨੰਬਰਦਾਰਾਂ ਦੇ ਆਪਣਿਆਂ ਦੇ ਚੋਰੀ ਮੌਸਮ ਆਉਂਦੇ, ਉੱਥੇ ਵੀ ਸਾਡੇ ਮੁੰਡੇ ਉਸੇ ਘਰੇ ਤੁਰ ਕੇ, ਲੇਕਿਨ ਉਹ ਇੱਡੇ ਤਕੜੇ ਨੂੰ ਕਾਬੂ ਨਹੀਂ ਆਉਂਦੇ ਕਿਸੇ ਦੇ, ਸਾਡੇ ਮੁੰਡੇ ਉਸ ਘਰ ਦੇ ਭਜੇ ਫਿਰਦੇ ਨੇ, ਉਹਨਾਂ ਕੋਲ ਟਾਈਮ ਲਈਏ, ਉਹਨਾਂ ਨਾਲ ਗੱਲ ਕਰੀਏ, ਲੇਕਿਨ ਅਈਏ ਤੱਕ ਉਹ ਸਾਡੇ ਵਾਸਤੇ ਟਾਈਮ ਨਹੀਂ ਲੈ ਸਕੇ। ਤੁਹਾਨੂੰ ਵੀ ਜਾ ਸਕੇ, ਸਾਰੇ ਰਲ ਕੇ ਵੀ ਹੋਵੇ, ਜੇ ਟਾਈਮ ਲੱਗਦਾ, ਜੇ ਟਾਈਮ ਲਾ, ਉਹਨਾਂ ਦਾ ਜਿਕਣ ਦਾ ਤਰਲਾ ਹੋਇਆ ਅਸੀਂ ਕਰ ਲਵਾਂਗੇ, ਜੇ ਉਹਨਾਂ ਤਰਲਾ ਸਾਡਾ ਮੰਨ ਲਿਆ ਤੇ ਮੈਂ ਕਹਿਣਾ ਕਿ
ਸਾਡੀਆਂ ਜਾਨਾਂ ਛੁੱਟ ਜਾਣ, ਤੇ ਜੇ ਬਈ ਉਹ ਨਾ ਮੰਨਣ ਬਾਬਰ ਦੋ ਮਿੰਟ ਮੈਂ ਨਾ ਖਤਮ ਕਰਨੇ ਆ, ਜਿਹਨੂੰ ਗੱਲ ਦੀ ਹੈ ਜ਼ਰੂਰਤ ਕਿਸੇ ਦਾ ਦਿਲ ਕਰ ਲੈਣੇ ਅੱਜ ਪੇੜੇ 'ਚ ਆ ਜਾ, ਲੇਕਿਨ ਇੱਕ ਮਿਹਰਬਾਨੀ ਕਰੋ ਮੈਂ ਗੱਲ ਕਰਨਾ ਪਿਆ ਸੁਣ ਲਓ, ਲੇਕਿਨ ਤੇਰਾ ਹੀ ਉਹ ਨਿੱਕੇ ਤੇਰੀ ਤੇ ਪਤਾ ਹੀ ਨਾ ਮੈਂ ਸ਼ਿਕਾਇਤਾਂ ਨਹੀਂ ਲਾ ਸਕਦਾ, ਹੈ ਪਤਾ ਇਸ ਕਰਕੇ ਮਿਹਰਬਾਨੀ ਕਰੋ ਜਨਾਬ, ਸਾਡਾ ਕਿਸੇ ਬੰਦੇ ਨਾਲ ਕੋਈ ਖਿਲਾਫ ਨਹੀਂ, ਕੋਈ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ, ਠੀਕ ਹੈ ਜੀ। ਵੋਟ ਨਾ ਦੇਣਾ ਇੱਕ ਹੋਰ ਗੱਲ ਹੈ, ਵੋਟ ਦੇਣਾ ਇੱਕ ਹੋਰ ਗੱਲ ਹੈ, ਠੀਕ ਹੈ। ਲੋਕਾਂ ਦੇ ਆਪਣੇ ਜ਼ਮੀਰ ਨੇ, ਉਹ ਅਸੀਂ ਨਹੀਂ ਕਹਿੰਦੇ ਵਾ ਕੋਈ ਬੰਦਾ, ਮੇਰੇ ਲਈ ਇੱਕ ਗੱਲ ਦੱਸਾਂ, ਜੇ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਉਹਨਾਂ ਕਰ ਲਿਆ ਨਾ, ਤਾਂ ਸਾਡੀਆਂ ਸਾਥੀਆਂ 'ਚ ਕੋਈ ਬੰਦਾ ਵੋਟ ਨਹੀਂ ਦੇਵੇਗਾ। ਮੈਂ ਇੱਕ ਆਮ ਗੱਲ ਕਰ ਰਿਹਾ, ਉਮੀਦ ਕਰਨਾ ਪਿਆ ਜਿਹਨਾਂ ਨੂੰ ਤਕਲੀਫ ਹੋਵੇ ਉਹ ਦਿੰਦੇ ਨਹੀਂ ਹੈ, ਅਤੇ ਮੈਂ ਉਹਨਾਂ ਅੱਗੇ ਅਪੀਲ ਕਰਨਾ ਸਾਡੇ ਨਾਲ ਸੰਗ ਪੱਕਾ ਕਰੋ, ਸਾਡਾ ਤੁਹਾਡਾ ਪੱਕਾ ਬਣਾਓ, ਸਾਡੀ ਇਹ ਜਿਹੜਾ ਮਸਲਾ ਹੈ ਹੱਲ ਕਰੋ। ਹੋਰ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਮੈਂ ਕਰਾਂ, ਮੈਂ ਅਪੀਲ ਕਰਨ ਵਾਲਾ ਇੱਕ ਵਾਰੀ ਫਿਰ ਕਿ ਸਾਰੇ ਇਕਮੁੱਠ ਹੋ ਜਾਓ, ਠੀਕ ਹੈ, ਇਜਲਾਸ ਕਰੋ, ਤਕਰੀਰਾਂ ਕਰੋ, ਇਹ ਜਿਹੜੇ ਯੰਗ ਮੁੰਡੇ ਨੂੰ ਉੱਠੋ ਵਿੱਚੋਂ ਤਕਰੀਰਾਂ ਕਰੋ, ਐਜਾਜ਼ੀ ਨੂੰ ਤਕਰੀਰਾਂ ਕਰਨ, ਠੀਕ ਹੈ। ਆਸਮ ਨੇ ਆਸਮ ਬੜੀ ਅੱਛੀ ਤਕਰੀਰ ਕੀਤੀ ਜੀ, ਤਕਰੀਰ ਕਰਨਾ ਵੀ ਇਹ ਵੀ ਸਿੱਖਣਾ ਪੈਂਦਾ, ਮੈਂ ਹੁਣ ਕਿੰਨੀਆਂ ਗੱਲਾਂ ਕੀਤੀਆਂ ਨੇ ਮੈਂ ਉੱਕੜ ਨਹੀਂ ਸਕਦਾ ਵਾ, ਲੇਕਿਨ ਕੋਈ ਬੰਦਾ ਅਗਰ ਗੱਲ ਕਰਦਿਆਂ ਉੱਕੜ ਜਾਏ ਤੇ ਉਹ ਵੀ ਜਿਸ ਵੇਲੇ ਆਪੋ ਅਸੀਂ ਬੈਠੇ ਹੈਗੇ ਇਹ ਬੜੀ ਵੱਡੀ ਬਾਤੀ ਹੁੰਦੀ, ਲੇਕਿਨ ਮੌਲਵੀ ਸੁਭਾਣ ਵਾਲਾ ਉਹ ਦਿਲ ਨਹੀਂ ਕਰਦਾ ਹੁੰਦਾ ਉਹਨਾਂ ਦੀ, ਉਹ ਮਤਲਬ ਬਾਰ ਬਾਰ ਸੁਭਾਣ ਦਾ ਉਹ ਸਾਰੇ ਤੇ ਕਰਦੇ। ਸਾਡਾ ਜਨਾਬ ਜਿਕਣ ਚੋਰੀ ਆਸਨ ਸਾਹਿਬ ਨੇ ਆਖਿਆ ਹੈ, ਇਹਨਾਂ ਕਾਠ ਇਸੇ ਮਕਸਦ ਵਾਸਤੇ ਕੀਤਾ ਹੈ ਕਿ ਅਸੀਂ ਚੋਰੀ ਸਾਹਿਬਾਨ ਕੋਲ ਜਾਈਏ, ਇਹ ਜਿਸ ਵੇਲੇ ਟਾਈਮ ਲੈਣਗੇ ਅਸੀਂ ਹਾਜ਼ਰ ਹਾਂ, ਸਵੇਰੇ ਵੀ ਅਪੀਲ ਕੀਤੀ ਵਾ ਦਸਾਂ ਦਸਾਂ ਬੰਦਿਆਂ ਦੇ ਨਾਮ ਦਿਓ, ਐਵੇਂ ਕਿਸੇ ਲਿਆਉਂਦੇ ਨੇ ਦੇਖ ਕੇ ਕਾਗਜ਼ ਤੇ, ਜੇ ਦੇਖ ਕੇ ਲਿਆਉਂਦੇ ਨੇ ਤੇ ਚੋਰੀ ਆਸਨ ਨੂੰ ਹੁਣ ਹੀ ਫੜਾ ਸਕੋ, ਜੇ ਨਹੀਂ ਤੇ ਜਾ ਕੇ ਮਿਹਰਬਾਨੀ ਕਰ ਦਿਓ ਗਰੁੱਪ ਹੀ ਸੈਂਡ ਕਰ ਦਿਓ ਜਾਂ ਆਸਨ ਨੂੰ ਸੈਂਡ ਕਰ, ਠੀਕ ਹੈ। ਆਸਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਿਆਂ ਭਰਾਵਾਂ ਦਾ ਸ਼ੁਕਰੀਆ, ਤੁਹਾਡੇ ਅੱਬਾ ਜੀ ਦਾ ਸ਼ੁਕਰੀਆ, ਇਹ ਨਹੀਂ ਮੈਨੂੰ ਪਤਾ ਆਪਣੇ ਭਾਈ ਹੋਰੀ ਆਏ ਨੇ ਬਾਹਰੋਂ, ਇਹਨਾਂ ਨਾਲ ਵੀ ਮੁਲਾਕਾਤ ਹੋ ਗਈ, ਬਹੁਤ ਸ਼ੁਕਰੀਆ ਤੁਸੀਂ ਇਕੱਠਿਆਂ ਕੀਤਾ, ਕੋਈ ਬੰਦਾ ਇਕੱਠਿਆਂ ਕਰਦਾ ਬੰਦੇ ਕੋਲ ਟਾਈਮ ਹੀ ਨਹੀਂ ਹੈ,